ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਪ੍ਰਗਟ ਸਿੰਘ ਸੋਲਿਡ ਵੇਸਟ ਪਲਾਂਟ ਦਾ ਚੁੱਕਿਆ ਮੁੱਦਾ ਵਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਤੇ ਕੀਤੇ ਤਿੱਖੇ ਹਮਲੇ ਕਿਹਾ ਬਾਹਰੀ ਵਿਅਕਤੀ ਪੰਜਾਬ ਦਾ ਹਮਾਇਤੀ ਨਹੀਂ ਹੋ ਸਕਦਾ ਕਾਂਗਰਸ ਇੱਕ ਪਾਰਟੀ ਨਹੀਂ ਬਲਕਿ ਜਾਇਦਾਦ ਜਿਸ ਤੇ ਇੱਕੋ ਪਰਿਵਾਰ ਦਾ ਰਾਜ ਕਿਹਾ ਸਾਧਵੀ ਨਿਰੰਜਨਾ ਨੇ ਲੁਧਿਆਣਾ ਵਿੱਚ NDRF ਕੈਂਪਸ ਦਾ ਰੱਖਿਆ ਗਿਆ ਨੀਂਹ ਪੱਥਰ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕੀਤੀ ਸ਼ਿਰਕਤ ਤੇ ਬਠਿੰਡਾ ਵਿੱਚ ਆਟੋ ਯੂਨੀਅਨ ਵੱਲੋਂ ਸਿਟੀ ਬੱਸਾਂ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ ਬੰਦ ਕਰਨ ਦੀ ਕੀਤੀ ਮੰਗ ਤੇ ਹੁਣ ਖ਼ਬਰਾਂ ਵਿਸਥਾਰ ਨਾਲ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਪਿੰਡ ਜਮਸ਼ੇਰ ਵਿੱਚ ਸੰਗਤ ਦਰਸ਼ਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੰਗਤ ਦਰਸ਼ਨ ਦੌਰਾਨ ਜਿੱਥੇ ਹਲਕੇ ਦੇ 70 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਗਿਆ ਉੱਥੇ ਹੀ ਵਿਕਾਸ ਕੰਮਾਂ ਲਈ ਗਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਸੰਗਤ ਦਰਸ਼ਨ ਦੇ ਪ੍ਰੋਗਰਾਮ ਵਿੱਚ ਅਕਾਲੀ ਦਲ ਨੂੰ ਛੱਡ ਚੁੱਕੇ ਵਿਧਾਇਕ ਸਰਦਾਰ ਪ੍ਰਗਟ ਸਿੰਘ ਵੀ ਸ਼ਾਮਲ ਹੋਏ ਇਸ ਮੌਕੇ ਉਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤੇ ਜਮਸ਼ੇਰ ਵਿਖੇ ਲੱਗਣ ਵਾਲੇ ਸੰਭਾਵੀ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕੀਤਾ ਜਿਸ ਤੇ ਮੁੱਖ ਮੰਤਰੀ ਨੇ ਕਾਰਵਾਈ ਕਰਨ ਦਾ ਭਰੋਸਾ ਪ੍ਰਗਟਾਇਆ ਉਨ੍ਹਾਂ ਕਿਹਾ ਕਿ ਚੁੰਗੀ ਦਾ ਮਸਲਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਇਲਾਕੇ ਵਿੱਚ ਫੌਜ ਨਾਲ ਸੰਬੰਧਿਤ ਮਸਲੇ ਵੀ ਹੱਲ ਕਰਵਾਏ ਜਾ ਰਹੇ ਹਨ ਇਸ ਦੌਰਾਨ ਪ੍ਰਗਟ ਸਿੰਘ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਹੋਈ ਅੱਜ ਜਿੰਨਾ ਛਾਉਣੀ ਦਾ ਹਲਕਾ ਹੈ ਕੈਂਟੋਨਮੈਂਟ ਦਾ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਦੀ ਵਾਰਡ ਹੈ ਸਾਰਿਆਂ ਨਾਲ ਹੀ ਸੰਗਤ ਦਰਸ਼ਨ ਕਰਨੀ ਔਰ ਇਹ ਜਿਹੜੇ ਪਿੰਡ ਆਉਂਦੇ ਹੈ ਉਹਨਾਂ ਨਾਲ ਡਿਸਕਸ ਕਰਕੇ ਜੋ ਤਕਲੀਫਾਂ ਦੂਰ ਕਰਨ ਵਾਸਤੇ ਉਦੋਂ ਹੀ ਫੰਡ ਦਿੱਤੇ ਜਾਂਦੇ ਮਤਲਬ ਕੋਈ ਬਕਾਇਆ ਕੋਈ ਅਸੀਂ ਨਾ ਰੱਖਿਆ ਕਿਤੇ ਜ਼ਿੰਦਗੀ 'ਚ ਅਤੇ ਨਾ ਰੱਖਿਆ ਦੂਜਾ ਜਿਹੜੀ ਮੈਂ ਵੱਡੀ ਗੱਲ ਕਰਨਾ ਚਾਹੁੰਦਾ ਕਿ ਇਸ ਹਲਕੇ ਦੇ ਤਿੰਨ ਵੱਡੇ ਕੰਮ ਹਨ ਇੱਕ ਕੰਮ ਹੈ ਜਿਹੜਾ ਆ ਗੰਦੇ ਪਾਣੀ ਦਾ ਸੋਲਿਡ ਵੇਸਟ ਉਹ ਉੱਥੇ ਨਹੀਂ ਲੱਗੇਗਾ ਨੰਬਰ 1 ਜਿਹੜਾ ਸਭ ਤੋਂ ਜ਼ਰੂਰੀ ਹੈ ਦੂਜਾ ਹੈ ਕਿ ਜਿਹੜੀ ਆ ਪੈਰੀਫਰੀ ਅਤੇ ਮਿਲਟਰੀ ਦੀਆਂ ਰਸਤੇ ਸਨ ਬੰਦ ਹੋ ਗਏ ਸਨ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਲਿਆ ਹੈ ਥੋੜ੍ਹੇ ਦਿਨਾਂ 'ਚ ਬਦਲਾਅ 'ਚ ਹੋਜੂ ਜਾਂ 2 ਦਿਨਾਂ 'ਚ ਹੋਜੂ ਕਿ ਉਹਨਾਂ ਨੂੰ ਅਸੀਂ ਜਿੰਨੀ ਉਹਨਾਂ ਦੀ ਜ਼ਮੀਨ ਹੈ ਉਨੀ ਕੀਮਤ ਦੀ ਜ਼ਮੀਨ ਖਰੀਦ ਕੇ ਬਾਹਰ ਦੇ ਦਾਂਗੇ ਉਹ ਉਹਨਾਂ ਨਾਲ ਐਗਰੀਮੈਂਟ ਹੋ ਰਿਹਾ ਅੱਜ ਵੀ ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਮੈਂ ਇੱਥੋਂ ਟੈਲੀਫੋਨ ਕੀਤਾ ਹੈ ਉਹ ਕੇਸ ਬਣਾ ਕੇ ਲੈ ਆਊਗਾ ਤੀਸਰਾ ਚੁੰਗੀ ਦਾ ਜਿਹੜਾ ਮਸਲਾ ਹੈ ਉਹ ਵੀ ਸਰਕਾਰ ਪੰਜਾਬ ਸਰਕਾਰ ਮਿਲਟਰੀ ਨਾਲ ਐਗਰੀਮੈਂਟ ਕਰ ਰਹੀ ਹੈ ਕਿ ਉਹ ਜਿਹੜੀ ਚੁੰਗੀ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਪੈਸੇ ਦੇ ਦਾਂਗੇ ਉਹਨਾਂ ਅੱਗੇ ਇਹ ਵੱਡੇ ਤਿੰਨੇ ਮਸਲੇ ਜਿਹੜੇ ਹੱਲ ਹੋ ਗਏ ਮੈਂ ਤਾਂ ਬੇਸਿਕਲੀ ਜਿਹੜਾ ਇੱਕ ਇਸ਼ੂ ਹੈਗਾ ਵੇਸਟ ਮੈਨੇਜਮੈਂਟ ਦਾ ਉਹਦੇ ਲਈ ਲੈ ਕੇ ਆਇਆ ਮੈਂ ਕਿਹਾ ਚਲੋ ਗੱਲ ਤਾਂ ਕਰੀਏ ਜਾ ਕੇ ਔਰ ਪੀਸਫੁਲੀ ਗੱਲ ਕਰਨਾ ਚਾਹੁੰਦੇ ਇਹ ਜਾਣ ਨੂੰ ਵੀ ਨਹੀਂ ਦਿੰਦੇ ਇਹ ਤਾਂ ਡੈਮੋਕ੍ਰੇਸੀ ਦਾ ਕਤਲ ਘਾਣ ਕੀਤਾ ਇਹਨਾਂ ਲੋਕਾਂ ਨੇ ਕੀ ਕਹਿ ਰਹੇ ਕਿਉਂ ਨਹੀਂ ਮਿਲਣ ਦੇ ਰਹੇ ਪਤਾ ਨਹੀਂ ਕਿਉਂ ਨਹੀਂ ਮਿਲਣ ਦੇ ਰਹੇ ਆ ਪੁਲਿਸ ਵਾਲੇ ਹੀ ਲੱਗੇ ਹੋਏ ਆ ਕਿਉਂਕਿ ਮਸਲ ਪਾਵਰ ਤੇ ਮਨੀ ਪਾਵਰ ਯੂਜ਼ ਕਰਦੇ ਆ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਅੱਜ ਸਵੇਰੇ ਰਾਜਪੁਰਾ ਪਹੁੰਚੇ ਇਸ ਦੌਰਾਨ ਹਲਕੇ ਦੀ ਅਕਾਲੀ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ ਰਾਜਪੁਰਾ ਪਹੁੰਚੇ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਸਭ ਤੋਂ ਵੱਧ ਨੌਜਵਾਨ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਏ ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਲੋਕਾਂ ਦੀ ਪਸੰਦ ਦਾ ਉਮੀਦਵਾਰ ਐਲਾਨਿਆ ਜਾਵੇਗਾ ਆਮ ਆਦਮੀ ਪਾਰਟੀ ਤੇ ਸ਼ਬਦੀ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪ ਵੱਲੋਂ ਪੈਸੇ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕੀਤੀ ਏ ਤੇ ਅਜਿਹਾ ਉਮੀਦਵਾਰ ਕਦੇ ਵੀ ਸਮਾਜ ਦਾ ਭਲਾ ਨਹੀਂ ਕਰ ਸਕਦਾ SYL ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ ਮਜੀਠੀਆ ਨੇ ਕਿਹਾ ਕਿ ਬਾਹਰੀ ਸੂਬੇ ਦਾ ਵਿਅਕਤੀ ਪੰਜਾਬ ਦਾ ਦਰਦ ਕਦੇ ਨਹੀਂ ਸਮਝ ਸਕਦਾ ਆਪ ਪਾਰਟੀ ਦੇ ਤਾਂ ਹਾਲਾਤ ਉਹਨਾਂ ਦੇ ਸ਼ਾਮਿਲ ਹੋਣਾ ਚੇਂਜ ਹੋ ਗਿਆ ਮੈਂ ਸਮਝਦਾ ਸਾਰੇ ਛੜ ਛੜ ਭੱਜੀ ਜਾਂਦੇ ਆ ਐਡੇ ਸੀਰੀਅਸ ਐਲੀਗੇਸ਼ਨ ਉਹਨਾਂ 'ਤੇ ਲੱਗੇ ਆ ਮੋਲੈਸਟੇਸ਼ਨ ਦੇ ਰੇਪ ਦੇ ਕਰਪਸ਼ਨ ਦੇ ਜੇ ਟਿਕਟਾਂ ਵੇਚ ਕੇ ਤੁਸੀਂ ਪੈਸੇ ਲੈ ਕੇ ਟਿਕਟਾਂ ਦੇਣੀਆਂ ਨੇ ਅਤੇ ਲੋਕਾਂ ਕੋਲ ਜਦ ਕੰਮ ਕਰਾਉਣ ਜਾਣਾ ਤਾਂ ਮੈਨੂੰ ਲੱਗਦਾ ਪਹਿਲਾਂ ਆਪ ਦਾ ਕੈਂਡੀਡੇਟ ਤਾਂ ਹੀ ਆਖੂ ਕਿ ਸਾਡਾ ਹੱਕ ਇੱਥੇ ਰੱਖ ਕਰਪਸ਼ਨ ਦੇ ਬੜੇ ਸੀਰੀਅਸ ਚਾਰਜ ਨੇ SYL ਦੇ ਮੁੱਦੇ 'ਤੇ ਏਡੀ ਗਿਰੀ ਹੋਈ ਰਾਜਨੀਤੀ ਕੀਤੀ ਹੈ ਕੇਜਰੀਵਾਲ ਨੇ ਕਿ ਪਹਿਲਾਂ ਇੱਥੇ ਬਿਆਨ ਦਿੱਤਾ ਕਿ ਪਾਣੀਆਂ ਦਾ ਹੱਕ ਪੰਜਾਬ ਦਾ ਸੁਪਰੀਮ ਕੋਰਟ 'ਚ ਐਫੀਡੈਵਿਟ ਦਿੱਤਾ ਕਿ ਨਹੀਂ ਦਿੱਲੀ ਨੂੰ ਪਾਣੀ ਮਿਲਣਾ ਚਾਹੀਦਾ ਸੀ ਹਰਿਆਣੇ ਦੇ ਨਾਲ ਪੰਜਾਬ ਦੇ ਉਲਟ ਫਿਰ ਜਾ ਕੇ ਅੰਮ੍ਰਿਤਸਰ ਮਜੀਠੇ ਮੈਨੂੰ ਲੱਗਦਾ ਬਖਲਾਹਟ 'ਚ ਫਿਰ ਉਹ ਗੱਲ ਸਪਸ਼ਟ ਕਰਤੀ ਕਿ ਨਹੀਂ ਜੀ ਸਾਰਿਆਂ ਦਾ ਹੱਕ ਸੋ ਜਿਹੜਾ ਇਨਸਾਨ ਹਰਿਆਣਵੀ
जंपल होनू पंजाब का दर्द कदे नहीं समझ आना ना महसूस होना तो असं पहले दिन तो गल कर रहे सो यह जो लोग ने जिन्होंने दिल्ली के लोगों ने विश्वासघात किया धोखा किया उन्होंने पंजाब के लोगों कितने दर्द उन्होंने महसूस पंजाब विच चल रहे सियासी माहौल दे विच पठानकोट विखे भाजपा महिला मोर्चा वल्लों विशाल रैली कीती गई। इस रैली विच भाजपा दीआं महिला वर्करां ने वध चढ़ के हिस्सा लिया। पठानकोट हलका विधायक की प्रधानगी विच कीती गई इस रैली विच पंजाब दे डिप्टी स्पीकर दिनेश सिंह बब्बू भाजपा दे प्रदेश प्रधान विजय सांपला उत्तर प्रदेश तो संसद मैंबर साध्वी निरंजना ज्योति तो इलावा भाजपा महिला विंग दी राष्ट्रीय प्रधान विजया राठकर विशेष तौर ते पहुंचे हुए सन। इस मौके भाजपा के पंजाब प्रधान श्री विजय सांपला ने कहा कि चंडीगढ़ विच भाजपा ने जित दर्ज करके साबित कर दिता है कि लोग भाजपा दे नाल हन। इस समय साध्वी निरंजना ने कहा कि नोटबंदी तो बाद जिथे भी चोणा हुई हैं भाजपा ने जित दर्ज की है ते नक्सलवादियों ने भी जित वड्डी संख्या विच आत्म समर्पण किया है। कांग्रेस पार्टी दे वर्दिया उन्होंने कहा कि कांग्रेस एक पार्टी नहीं बल्कि जायदाद बन के रह गई है जिसते इको परिवार का राज है। नोटबंदी का ते नाल लोकां दे विच इक बहुत वड्डा जिहड़ा पॉजिटिव असर है और लोगों का विश्वास भारतीय जनता पार्टी जो वधिया है और इहदे नाल जिहड़ी साडी जित सुनिश्चित है क्योंकि इस तो पहला महाराष्ट्र दे विच भी हुए चुनाव उहदे विच भी बहुत वड्डी गिणती नाल असीं जित्ते आ और चंडीगढ़ का भी और इहदे नाल जिथे नोटबंदी दे नाल होर लोगों दे विच गरीबां 'च आस बनी है क्योंकि प्रधानमंत्री जी ने पहला जिहड़ी गैस दे उत्ते सबसिडी लोगों नूं छड्डण लई कहा और ਉਹਦਾ ਐਡਾ ਬੜਾ ਫਾਇਦਾ ਹੋਇਆ। ਅਸੀਂ ਭਾਰਤੀ ਜਨਤਾ ਪਾਰਟੀ ਨੂੰ 23 ਸੀਟਾਂ ਦੇ ਉੱਤੇ ਨਹੀਂ ਗਿਣਦੇ, ਅਸੀਂ ਗਠਬੰਧਨ ਨੂੰ 117 ਸੀਟਾਂ ਤੇ ਗਿਣਦੇ। ਸੋ ਗਠਬੰਧਨ ਸਾਡਾ ਆਪਸ ਵਿੱਚ ਰਲ ਕੇ ਹੈ ਔਰ ਇਹਨੂੰ ਅਸੀਂ 23 ਸੀਟਾਂ ਤੱਕ ਹੀ ਸੀਮਤ ਨਹੀਂ ਸਮਝਦੇ, ਅਸੀਂ ਸਮਝਦੇ ਹਾਂ ਕਿ ਅਸੀਂ 117 ਸੀਟਾਂ ਤੇ ਹੀ ਲੜ ਰਹੇ ਹਾਂ। तो मुझे ये लग रहा है कि माननीय नरेंद्र मोदी जी पर लोगों पर विश्वास है, जिस करप्शन के कारण लोग परेशान थे वो लोगों का विश्वास जगा है कि कोई ऐसा प्रधानमंत्री हुआ है जो इस भारत को पुनः विश्वगुरु के रूप में स्थापित करेगा। दूसरा, देश की अस्मिता के साथ जो खिलवाड़ हो रहा था उस पर प्रतिबंध लगा है। आप देख रहे होंगे जम्मू कश्मीर के अंदर 4 महीने लगातार पत्थरबाजी हुई, किसके कारण? काले धन के कारण, करेंसी के कारण। आज जैसे ही बंद हुई पत्थरबाजी बंद हो गई। आप नक्सली प्रभावित क्षेत्रों को देख लीजिए, छत्तीसगढ़ झारखंड देख लीजिए, आज नक्सली हथियार डाल रहे हैं और वो यहाँ तक कह रहे हैं कि हम प्रधानमंत्री जी के इस काम से सहमत हैं, हमारा लड़ाई यही था कि जो लोग पूंजी जमा किए हुए हैं। तो मैं इतने कह सकती हूँ कि आज देश में कहीं भी चुनाव हो रहे हैं कांग्रेस बिल्कुल समेट के रह जाएगी। ये भारतीय जनता पार्टी में ही सफल है, जो नारियों का सम्मान आज इतना बड़ा प्रदर्शन आप देख रहे हैं, ये भारतीय जनता पार्टी में महिलाओं का सम्मान संगठन में 33% दिए हुए, अन्य संगठन महिलाओं की बात तो कर रहे हैं लेकिन महिलाओं का इतना सम्मान नहीं। लुधियाना दे लाडोवाल विच NDRF कैंपस दा नींह पत्थर रख्या गया है। यह कैंपस 51 एकड़ रकबे विच तैयार होवेगा, इसते 200 करोड़ खर्चे जाणगे। इस मौके भारत दे गृह राज मंत्री किरण रिजिजू, कैबिनेट मंत्री बिक्रम सिंह मजीठिया समेत कैबिनेट मंत्री शरणजीत सिंह ढिल्लो ते NDRF दे DGR के पचनंदा हाजिर सन। जिक्र योगी कि पंजाब विच NDRF दे इस कैंपस दे बनन नाल पूरे उत्तर भारतीय सूबिया नूं संकट दी घड़ी विच जल्द राहत पुजेगी। इस समय मीडिया नाल गल करदिया केंद्रीय मंत्री किरण रिजिजू ने कहा कि पठानकोट फौजी हवाई अड्डे ते हमले दे दोषियां नूं पाकिस्तान तो भारत लियाउण दीआं कोशिशां कीतीआं जा रही हन ते इस दे लई रेड कार्नर नोटिस भी जारी कीता गया है। उन्होंने कहा कि भारत पाकिस्तान सरहद ते घुसपैठ रोकण लई अति आधुनिक तकनीक का इस्तेमाल कीता जावेगा। लुधियाना में ये जो सेंटर जो आया है ये बहुत ही, मैं आपको कह सकता हूँ कि हम लोग तुरंत पूरा जितना भी इंफ्रास्ट्रक्चर के लिए जो 200 करोड़ है वो तो तुरंत हम लोग कर देंगे। इसके अलावा भी और भी कार्यक्रम हम लोग चलाएंगे पंजाब के लिए और पंजाब सरकार ने बहुत ही वॉलंटरली आगे आकर के जो मदद किया है। सबसे पहले मैं जैसे वहाँ कहा था मैं धन्यवाद देना चाहूँगा। आज से फिर पंजाब में आकर के मुझे बहुत अच्छा लगा। मैं दोनों मंत्री जी को अभी धन्यवाद देना चाहूँगा। पठानकोट अटैक को लेकर के जो चार्जशीट फाइल किया, आप लोगों को उसमें नाम किया, 4 तो मारे गए हैं, 4 जो जीवित हैं उसमें मौलाना मसूद अजहर का जो वो उसका भाई, 2 और 2 है, 4 लोग हैं।
ये चार लोग पूरे के चारों पाकिस्तान में रहते हैं, सबको मालूम है। अभी हम लोग उसको और भी जो प्रक्रिया है, जैसे रेड कॉर्नर नोटिस करना है, फिर प्रत्यार्पण के लिए उसका एक्सट्रेडिशन के लिए दबाव जो डालना है वो हम लोग शुरू करेंगे, तो अभी ट्रायल शुरू होगा। बठिंडा विखे आटो यूनियन वालों चल रही सिटी बस खिलाफ रेलवे स्टेशन मार्ग से जाम लगा के धरना दिता गया। आटो चालकों का कहना है कि सिटी बस चलने नाल उनां दा धंधा ठप होकर रह गया है। उन्हें मांग की थी कि जां तां सिटी बसां नूं बंद किया जाए जां टाइम टेबल मुताबिक बसां चलाईआं जाण। उधर बठिंडा के मेयर बलवंत राय नाथ ने कहा कि मामले नूं सुलझाउण लई इक नोडल अफसर नूं नियुक्त किया गया है अते समस्या का हल जल्द कर लिया जाएगा। ਸਾਡੀ ਜਿਹੜੀ ਅੱਜ ਮੇਨ ਹੜਤਾਲ ਕਰਨ ਦਾ ਕਾਰਨ ਹੈ ਜਿਹੜੀਆਂ ਸਿਟੀਆਂ ਬੱਸਾਂ ਚਲਾਈਆਂ ਨੇ ਪੰਜਾਬ ਸਰਕਾਰ ਨੇ, ਅਸੀਂ ਉਸ ਦੇ ਵਿਰੁੱਧ ਆਈ। ਅਸੀਂ ਚਾਹੁੰਦੇ ਹਾਂ ਵੀ ਇਹ ਸਿਟੀ ਬੱਸਾਂ ਕੋਈ ਐਡਾ ਵੱਡਾ ਮਹਾਨਿਗਰਤਾ ਹੈ ਨਹੀਂ ਜਿਹੜੀਆਂ ਸਿਟੀਆਂ ਬੱਸਾਂ ਚਲਾਈਆਂ ਜਾਣ। ਸਾਡੀ ਮੇਨ ਮੰਗ ਇਹ ਹੈ ਵੀ ਸਿਟੀ ਬੱਸਾਂ ਬੰਦ ਹੋਣੀਆਂ ਚਾਹੀਦੀਆਂ ਨੇ। ਅਗਰ ਇਹ ਸਰਕਾਰ ਅੜੀਅਲ ਰਵੱਈਏ 'ਤੇ ਹੈ ਤਾਂ ਸਾਡਾ ਵੀ ਅੜੀਅਲ ਰਵੱਈਆ, ਅਸੀਂ ਵੀ ਨਹੀਂ ਉੱਠਣਾ ਜਦ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ। ਅਸੀਂ ਤਾਂ ਕਹਿੰਦੇ ਹਾਂ ਵੀ ਬੰਦ ਹੋਣੀਆਂ ਚਾਹੀਦੀਆਂ। ਅਗਰ ਸਰਕਾਰ ਕਹਿੰਦੀ ਹੈ ਵੀ ਇਹ ਬੱਸਾਂ ਨਹੀਂ ਬੰਦ ਹੋਣੀਆਂ ਤਾਂ ਇਹਨਾਂ ਦਾ ਕੋਈ ਪੱਕਾ ਟਾਈਮ ਟੇਬਲ ਬਣਿਆ ਜਾਵੇ। ਜੇ ਇੱਕ ਬੱਸ 'ਤੇ ਘੱਟੋ ਘੱਟ ਇੱਕ ਘੰਟੇ ਦਾ ਅੰਤਰ ਹੋਣਾ ਚਾਹੀਦਾ, ਜੇ ਇੱਕ ਬੱਸ ਜਾਂਦੀ ਹੈ ਤਾਂ ਦੂਸਰੇ ਘੰਟੇ ਦਾ ਅੰਤਰ ਹੋਣਾ ਚਾਹੀਦਾ। ਇਸ ਘੰਟੇ ਦੇ ਅੰਤਰ ਵਿੱਚ ਸਾਡੇ ਵੀ ਪੰਜ ਸੱਤ ਆਟੋ ਨਿਕਲ ਚੱਕਣ। ਅਗਲੀ ਕਾਰਵਾਈ ਸਾਡੀ ਇਹੀ ਹੈ ਜਾਂ ਤਾਂ ਇਹਨਾਂ ਦੇ ਪੱਕੇ ਟਾਈਮ ਬਣਾਏ ਜਾਣ, ਇਹਨਾਂ ਦਾ ਜਿਹੜਾ ਇੱਥੇ ਜਿਹੜਾ ਸਟੇਸ਼ਨ 'ਤੇ ਰੁਕਣਾ ਬੰਦ ਕੀਤਾ ਜਾਵੇ। ਦੇਖੋ ਇਸ ਤਰ੍ਹਾਂ ਹੈ ਕਿ ਮੇਰੇ ਹੁਣ ਧਿਆਨ 'ਚ ਲੱਗਿਆ ਆਇਆ ਵੀ ਅੱਜ ਕੋਈ ਜਿਹੜਾ ਆਟੋ ਵਾਲੇ ਨੇ ਆਟੋ ਰਿਕਸ਼ੇ ਵਾਲੇ ਨੇ ਇਹਨਾਂ ਨੇ ਧਰਨਾ ਵਗੈਰਾ ਸਟੇਸ਼ਨ 'ਤੇ ਲਗਾਇਆ ਔਰ ਜਿਹੜੀਆਂ ਬੱਸਾਂ ਚੱਲੀਆਂ ਨੇ, ਜਿਹੜੀ ਸਿਟੀ ਬੱਸਾਂ ਚੱਲੀਆਂ ਨੇ, ਮਿੰਨੀ ਬੱਸਾਂ ਚੱਲੀਆਂ ਨੇ, ਲੋਕਾਂ ਦੀ ਡਿਮਾਂਡ ਸੀ ਬਹੁਤ ਦੇਰ ਤੋਂ ਔਰ ਸਰਕਾਰ ਦੀ ਪੋਲਿਸੀ ਹੈ। ਪਰ ਕੀ ਡਿਸਪਿਊਟ ਹੈ ਇਹਨਾਂ ਦਾ, ਉਹ ਮੈਂ ਦੋਨਾਂ ਧਿਰਾਂ ਨੂੰ ਬਿਠਾ ਕੇ ਇਹਨਾਂ ਦਾ ਜਿਹੜਾ ਨਿਬੇੜਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਮੈਂ ਮਹਿਸੂਸ ਕਰਦਾ ਚਲੋ ਠੀਕ ਹੈ, ਇਹਨਾਂ ਦੀ ਵੀ ਇਹ ਵੀ ਰੁਜ਼ਗਾਰ ਕਰਦੇ ਆਪਣਾ ਟੈਂਪੂਆਂ ਦੇ ਰਾਹੀਂ, ਠੀਕ ਹੈ ਇਹਨਾਂ ਦੀ ਗੱਲ ਕੋਈ ਗੱਲ ਹੋਈ ਹੈ। ਮੇਰੇ ਹਿਸਾਬ ਨਾਲ ਇਹਨਾਂ ਦਾ ਰੁਜ਼ਗਾਰ ਘਟਣਾ ਨਹੀਂ ਚਾਹੀਦਾ, ਕਿਉਂਕਿ ਕੰਮ ਬਠਿੰਡਾ ਹੀ ਇੰਨਾ ਵਧੀ ਜਾਂਦਾ, ਹੋਰ ਕੰਮ ਹੀ ਇੰਨੇ ਵਧੀ ਜਾਂਦੇ ਆ। ਅਤੇ ਦੋਨੀ ਪਿੱਤਰਾਂ ਮੈਂ ਬੁਲਾ ਲਈਆਂ ਔਰ ਜਿਹੜਾ ਨਿਊਟਰਲ ਅਫੀਸਰ ਲਗਾ ਰਿਹਾ ਜਿਹੜਾ ਲਗਾਇਆ ਸੀ ਮੈਂ ਉਹਨੂੰ ਬੁਲਾ ਲਿਆ ਔਰ ਹੁਣ ਇਹ ਦੂਜੇ ਨੂੰ ਬੁਲਾ ਲੈਣਾ ਆਪਣਾ ਜਿਹੜਾ ਇਹਨਾਂ ਦੇ ਨਾਲ ਲਿੰਕਡ ਅਫਸਰ ਨੇ ਬੁਲਾ ਕੇ ਮੈਨੂੰ ਕਿ ਇਹਨਾਂ ਦਾ ਹੱਲ ਕਰਕੇ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ ਏ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ 20, ਅਕਾਲੀ ਦਲ ਨੇ 1, ਕਾਂਗਰਸ ਨੇ 4 ਤੇ 1 ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਏ। ਕੁੱਲ 26 ਸੀਟਾਂ ਤੇ ਮਤਦਾਨ ਹੋਇਆ ਸੀ। ਦੱਸ ਦਈਏ ਕਿ 26 ਵਾਰਡਾਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ 122 ਉਮੀਦਵਾਰ ਮੈਦਾਨ ਵਿਚ ਉਤਰੇ ਸਨ। ਚੋਣ ਮੈਦਾਨ ਵਿਚ ਉਤਰੇ 122 ਉਮੀਦਵਾਰਾਂ ਵਿਚੋਂ ਭਾਰਤੀ ਜਨਤਾ ਪਾਰਟੀ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 26 ਅਤੇ ਬਹੁਜਨ ਸਮਾਜ ਪਾਰਟੀ ਦੇ 19 ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿਚੋਂ ਭਾਜਪਾ ਨੇ ਮੋਰਚਾ ਮਾਰ ਕੇ ਕਾਂਗਰਸ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਏ। ਬਹੁਤ ਬਹੁਤ ਧੰਨਵਾਦ ਚੰਡੀਗੜ੍ਹ ਕੇ ਲੋਗੋਂ ਕੋ ਕਿ ਉਨ੍ਹਾਂ ਨੇ ਪਹਿਚਾਨਾ ਕਿ ਇਸ ਸ਼ਹਿਰ ਮੇ ਹਮਨੇ ਉਨਕੇ ਕਾਮ ਕਰਵਾਏ, ਉਨਕੇ ਸਾਥ ਖੜੇ ਹੈ, ਦਿਨ ਰਾਤ ਯਹਾਂ ਪਰ ਰਹਿ ਕਰ ਉਨਕੇ ਲੀਏ ਬਹੁਤ ਕਾਮ ਕਰਵਾਏ। ਮੇਰੇ ਖਿਆਲ ਸੇ ਨਰੇਂਦਰ ਮੋਦੀ ਜੀ ਕੇ ਜਿਤਨੇ ਵੀ ਸਕੀਮਸ ਹੈ ਉਨਕੋ ਇੰਪਲੀਮੈਂਟ ਕਰਾਇਆ ਗਰਾਉਂਡ ਪਰ ਔਰ ਲਗਾਤਾਰ ਇੰਪਲੀਮੈਂਟ ਕਰਵਾਤੇ ਜਾ ਰਹੇ ਹੈ। ਇਸ ਲੀਏ ਚੰਡੀਗੜ੍ਹ ਕੇ ਲੋਗੋਂ ਨੇ ਨਰੇਂਦਰ ਮੋਦੀ ਜੀ ਕੇ ਸਿਰ ਪੇ ਚੰਡੀਗੜ੍ਹ ਕਾ ਸਿਹਰਾ ਵੀ ਲਗਾਇਆ। ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿਚ ਪੁਲਿਸ ਨੇ ਅੱਜ 5 ਮੁਲਜ਼ਮਾਂ ਨੂੰ ਨਾਭਾ ਦੀ ਅਦਾਲਤ ਵਿਚ ਪੇਸ਼ ਕੀਤਾ। ਸਾਰੇ ਮੁਲਜ਼ਮ ਪੁਲਿਸ ਰਿਮਾਂਡ ਤੇ ਸਨ ਅਤੇ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਪੁਲਿਸ ਨੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਲਈ 7 ਦਿਨ ਦਾ ਹੋਰ ਰਿਮਾਂਡ ਮੰਗਿਆ। ਬਚਾਅ ਪੱਖ ਦੇ ਵਕੀਲ ਵੱਲੋਂ ਬਹਿਸ ਦੌਰਾਨ ਅਦਾਲਤ ਨੇ 2 ਦਿਨਾਂ ਦਾ ਵਾਅਦਾ ਹੀ ਕੀਤਾ ਗਿਆ ਏ। ਹੁਣ ਪੁਲਿਸ ਇਨ੍ਹਾਂ ਸਾਰੇ ਦੋਸ਼ੀਆਂ ਨੂੰ 22 ਦਸੰਬਰ ਨੂੰ ਦੁਬਾਰਾ ਪੇਸ਼ ਕਰੇਗੀ। ਇਨ੍ਹਾਂ ਮੁਲਜ਼ਮਾਂ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਰਗਣਾ ਪਲਵਿੰਦਰ ਸਿੰਘ ਪਿੰਦਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ ਅਤੇ ਜਗਤਵੀਰ ਸਿੰਘ ਸ਼ਾਮਲ ਹਨ। ਇਸ ਮੌਕੇ ਪੁਲਿਸ ਅਧਿਕਾਰੀ ਰਜੇਸ਼ ਕੁਮਾਰ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਏ ਅਤੇ ਪੁੱਛਗਿੱਛ ਜਾਰੀ ਏ। 22/12/2016 ਤੱਕ ਪੁਲਿਸ ਵੱਲੋਂ ਮਿਲਿਆ ਵਾ ਤਫਤੀਸ਼ ਚੱਲ ਰਹੀ ਹੈ, ਆਉਣ ਵਾਲੇ ਸਮੇਂ ਦੱਸਾਂਗੇ, ਸਪਸ਼ਟ ਕਰਾਂਗੇ। ਇਹਨੂੰ ਸਦੌਲ ਤੱਕ ਗ੍ਰਿਫਤਾਰ ਕੀਤਾ ਸੀ।
दिल्ली विच एक मां वल्लों अपने ही मासूम बच्चे की बेरहमी नाल कुटमार करन दा मामला सामने आया है। मां वल्लों बच्चे की कुटमार करन दी घटना दा वीडियो सोशल मीडिया ते वायरल हो गया है। जानकारी मुताबिक मामला दिल्ली दी गीता कलोनी दा है। वीडियो विच एक महिला शबनम अपनी 18 महीने की बच्ची नूं बेरहमी नाल कुटदी हुई नजर आ रही है। सीसीटीवी तस्वीरां दे सामने आउण तों बाद दोषी महिला दे खिलाफ महिला आयोग अते पुलिस वल्लों कार्रवाई कीती गई है। वित्त मंत्री अरुण जेटली ने आज कहा है कि आरबीआई दे कोल टुकवां कैश है। यह टुकवी नकदी सिर्फ 30 दिसंबर तक नहीं है बल्कि इस तरीक तो बाद भी इस संबंधी कोई कमी नहीं होगी। श्री जेटली ने नोटबंदी नाल जुड़े मामलों ते आज एक प्रेस कॉन्फ्रेंस की ते कुछ महत्वपूर्ण ऐलान किए। उन्होंने कहा कि एक ही वार विच 500 ते 1000 रुपए के पुराने नोट जमा करवाए जाण। कोई व्यक्ति हर रोज नोट जमा करवाउण जांदा है तां शक पैदा हुंदा है। इस तों इलावा उन्होंने छोटे कारोबारियों नूं टैक्स विच रियायत का ऐलान किया। कैश लैन देन ते अनुमानित आमदन 8% मनी जाएगी। डिजिटल पेमेंट ते कारोबार ते 6% टैक्स देना होगा। ऑनलाइन कारोबार ते 2% छूट होगी। अमृतसर के कस्बा राम तीरथ के पिंड कोगली विखे वक्त थावां ते करंट लगन दीआं दो घटनावां वापरियां हन, जिस विच एक 30 साल नौजवान हरजीत सिंह दी ट्यूबवैल चलाउंदे समय करंट लगन कारण मौत हो गई। मृतक की पत्नी ते 3 बच्चे हन। करंट लगन की दूसरी घटना विच एक बिजली मुलाजम दे बुरी तरह झुलसन की खबर है, जिस कारण पीड़ित की लत सड़न कारण उस नूं कटना पिया है। वह पोल ते चढ़ के काम कर रहा सी। मुलाजम की हालत गंभीर दसी जा रही है। श्रोमणी अकाली दल एनआरआई विंग सेंट्रल कैनेडा की अहम मीटिंग स्काईव्यू इलाके विच प्रधान डॉ जंग बहादुर सिंह सिद्धू की प्रधानगी हेठ हुई, जिस विच उन्होंने पंजाब विधानसभा 2017 चोणां विच कैलगरी रह रहे वर्करां दीआं विधानसभा हल्के मुताबिक ड्यूटियां लगाईआं। उन्होंने मीटिंग उपरंत दस्या कि हुण तक वर्करां दे दो जथे पंजाब जा चुके हन, जो कि हर रोज अपने अपने हल्कियां विच उम्मीदवारां दे हक विच चोण प्रचार कर रहे हन। अभिनव शुक्ला आने वाली फिल्म अक्सर दो विच नजर आउणगे। इस समय उन्होंने दस्या कि अक्सर दो फिल्म अक्सर तो बिल्कुल अलग होगी। इस समय उन्होंने अपने सहायक कलाकार जरीन खान ते गौतम रोडे की तारीफ करदिया कहा कि टीवी एक्टर होवे जा फिल्म एक्टर, प्रतिभा मायने रखती है। आई डोंट एक्चुअली रिमेम्बर, मुझे कास्टिंग डायरेक्टर का फोन आया था, कुणाल। ही सेड कि एक फिल्म बना रहे हैं एंड डायरेक्टर वॉन्ट्स टू मीट यू। तो उस दौरान आई वॉज ट्रैकिंग अप इन हिमालयस एंड सो आई टोल्ड हिम कि यार आई एम तो ट्रैकिंग, सो आई विल कम बैक आफ्टर 10 डेज एंड देन वील टॉक। सो आई थॉट कि यू नो एक होता है ना इनिशियल स्क्रीनिंग, डायरेक्टर मीट्स लाइक यू नो 10-15 डिफरेंट एक्टर्स एंड सीज कि कौन उस रोल के लिए ठीक है। तो आई थॉट ठीक है यार, इट्स अ नॉर्मल रेगुलर कॉल, ऐसी कॉल्स दिन में बहुत आती हैं। सो आई वेंट फिनिश्ड माय ट्रैक एंड आई केम बैक एंड when I came back they had already sent me so many messages, so I called them up. I said I'm back. They're like yeah we want to meet you. So that was the time when I thought ki yaar yes these guys really want a keen on me. So I went and met Anand ji and he explained me, he gave me a brief narrative of the film and told me about my character. So I was like definitely I would love to do it. ਤੇਜ਼ੀ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।